ਸਤਿ ਸ਼੍ਰੀ ਅਕਾਲ ਦੋਸਤੋ ਕਿ ਤੁਸੀਂ ਆਪਣੇ ਪਰਿਵਾਰ ਨਾਲ ਕੈਨੇਡਾ ਪੀਆਰ ਲੈਣਾ ਚਾਹੁੰਦੇ ਹੋ ਜੇ ਹਾਂ ਤਾਂ ਇਹ ਵੀਡੀਓ ਹੈ ਤੁਹਾਡੇ ਲਈ ਇਹ ਵੀਡੀਓ ਪੂਰੀ ਦੇਖੋ ਔਰ ਆਪਣੇ ਦੋਸਤਾਂ ਤੱਕ ਸ਼ੇਅਰ ਕਰੋ ਜੇ ਚੰਗੀ ਲੱਗੇ ਤਾਂ ਕੋਈ ਵੀ ਐਪਲੀਕੈਂਟ ਜਿਹਨੇ ਨਰਸਿੰਗ ਦਾ ਡਿਪਲੋਮਾ ਕੀਤਾ ਜਾਂ BSc ਨਰਸਿੰਗ ਕੀਤੀ ਹੈ ਉਹਦੇ ਕੋਲ 5.5 ਬੈਂਡ ਓਵਰਆਲ ਨੇ ਆਈਲਟਸ ਵਿੱਚੋਂ ਜਨਰਲ ਕੈਟਾਗਰੀ ਚੋਂ ਆਪਣੇ ਪਰਿਵਾਰ ਸਮੇਤ ਪੱਕੇ ਤੌਰ ਤੇ ਕੈਨੇਡਾ ਪੀਆਰ ਲੈ ਸਕਦਾ ਹੈ 4 ਤੋਂ 6 ਮਹੀਨੇ ਵਿੱਚ ਨਵੇਂ ਬਦਲੇ ਕਾਨੂੰਨਾਂ ਮੁਤਾਬਕ ਇਸੇ ਤਰ੍ਹਾਂ ਜੇ ਕੋਈ ਟੀਚਰ ਹੈ ਜੇ ਕੋਈ ਕਿੰਡਰਗਾਰਟਨ ਦਾ ਘੱਟੋ ਘੱਟ 2 ਤੋਂ 3 ਸਾਲ ਦਾ ਤਜਰਬਾ ਜਿਨੇ 5 ਸਾਲ ਤੋਂ ਛੋਟੇ ਬੱਚਿਆਂ ਨੂੰ ਪੜਾਇਆ ਉਹ ਵੀ ਜਾਂ ਫਿਰ ਜਿਨੇ ਨੈਨੀ ਕੇਅਰ ਦਾ ਡਿਪਲੋਮਾ ਕੀਤਾ ਜੇ ਕੋਈ 2 ਤੋਂ 5 ਸਾਲ ਦਾ ਤਜਰਬਾ ਹੈ ਕੋਈ ਵੀ ਐਪਲੀਕੈਂਟ ਜਿਹੜਾ ਨਰਸਿੰਗ ਪ੍ਰੋਫਾਈਲ ਵਾਲਾ ਟੀਚਰ ਪ੍ਰੋਫਾਈਲ ਵਾਲਾ ਜਾਂ ਨੈਨੀ ਦੀ ਪ੍ਰੋਫਾਈਲ ਵਾਲਾ ਕੇਵਲ 5.5 ਬੈਂਡ ਆਈਲਟਸ ਲੈ ਕੇ ਆਪਣੇ ਪਰਿਵਾਰ ਸਮੇਤ ਪੱਕੇ ਤੌਰ ਤੇ 4 ਤੋਂ 6 ਮਹੀਨੇ ਚ ਪੀਆ ਲੈ ਸਕਦਾ ਹੈ ਵਧੇਰੇ ਜਾਣਕਾਰੀ ਲਈ ਹੇਠਾਂ ਨੰਬਰ ਚੱਲ ਰਿਹਾ ਤੇ ਫੋਨ ਕਰਕੇ ਮੇਰੇ ਨਾਲ ਜਲੰਧਰ ਮੋਹਾਲੀ ਔਰ ਅੰਮ੍ਰਿਤਸਰ ਦਫ਼ਤਰ ਚ ਮਿਲਿਆ ਜਾ ਸਕਦਾ ਤਾਂ ਕਿ ਤੁਹਾਨੂੰ ਤੁਹਾਡੇ ਪਰਿਵਾਰ ਨਾਲ ਪੱਕੇ ਤੌਰ ਤੇ ਕੈਨੇਡਾ ਭੇਜਣ ਚ ਇੱਕ ਚੰਗੇ ਤਰੀਕੇ ਨਾਲ ਸਲਾਹ ਦੇ ਕੇ ਇੱਕ ਚੰਗੇ ਫਿਊਚਰ ਪਾਸੇ ਤੁਰਿਆ ਜਾ ਸਕਦਾ ਧੰਨਵਾਦ।